ਨੇ ਉਹਨਾਂ ਲਈ ਬੜਾ ਡਾਊਟਫੁਲ ਬਣਿਆ ਹੋਇਆ ਵੀ ਕਿਹੜੀ ਕੰਟਰੀ ਦਾ ਵੀਜ਼ਾ ਆ ਰਿਹਾ ਹੈ, ਕਿਹੜੀ ਪ੍ਰੋਫਾਈਲ ਨੂੰ ਵੀਜ਼ਾ ਮਿਲ ਰਿਹਾ, ਕਿਉਂਕਿ ਹਰ ਪਾਸੇ ਰਿਜੈਕਸ਼ਨ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ। ਕਾਰਨ ਉਹਦੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਨਕਲੀ ਡਾਕੂਮੈਂਟ ਲਾਏ, ਨਕਲੀ ਫੰਡ ਲਾਏ ਜਾਂ ਨਕਲੀ ਹੋਰ ਕੁਛ ਡਿਪਲੋਮਾ ਜਾਂ ਕੁਛ ਐਕਸਪੀਰੀਅੰਸ ਬਣਾ ਕੇ ਲਾਇਆ, ਉਹ ਕਾਰਨ ਨੇ ਜਾਂ ਹੋਰ ਕੋਈ ਕਾਰਨ ਹੈ। ਕੰਟਰੀਜ਼ ਜਿਹੜੀਆਂ ਵੀਜ਼ੇ ਇਸ਼ੂ ਕਰ ਰਹੀਆਂ ਉਹ ਵੀਜ਼ਾ ਕਿਹੜੀ ਪ੍ਰੋਫਾਈਲ ਨੂੰ ਦੇ ਰਹੀਆਂ ਉਹਨਾਂ ਬਾਰੇ ਗੱਲਬਾਤ ਕਰਾਂਗੇ। ਨਾਲ ਦੀ ਨਾਲ ਹੁਣ ਇਨਟੇਕਸ ਦੇ ਆਪਸ਼ਨਸ ਕੀ ਨੇ ਉਹਨਾਂ ਬਾਰੇ ਗੱਲ ਕਰਾਂਗੇ। ਸਾਰੀ ਗੱਲਬਾਤ ਕਰਨ ਦੇ ਲਈ ਕ੍ਰੀਏਟਿਵ ਫਿਊਚਰ ਤੋਂ ਗੁਰਪ੍ਰੀਤ ਜੀ ਮੇਰਾ ਮੌਜੂਦ ਨੇ। ਗੁਰਪ੍ਰੀਤ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ ਅਮਨ ਜੀ। ਸੋ ਗੁਰਪ੍ਰੀਤ ਜੀ, ਅੱਜ ਦਾ ਪ੍ਰੈਜੈਂਟ ਸਿਨੈਰੀਓ, ਆਪਾਂ ਕੈਨੇਡਾ ਦੀ ਗੱਲ ਕਰ ਲਈਏ ਤੇ ਵੀਜ਼ਾ ਨੂੰ ਲੈ ਕੇ ਕਿਵੇਂ ਆ? ਦੇਖੋ ਅਮਨ ਜੀ, ਅੱਛੇ ਰਿਜ਼ਲਟਸ ਆ ਰਹੇ ਨੇ ਬੱਚਿਆਂ ਦੇ, ਜਿਹੜੇ ਅਸੀਂ ਪ੍ਰੋਫਾਈਲਸ 1.5 ਵਾਲਿਆਂ ਦੀ ਗੱਲ ਕਰੀਏ, ਖਾਸ ਕਰਕੇ 6 ਇੰਚ ਵਾਲਿਆਂ ਦਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਾਇੰਡ 'ਚ ਹੁੰਦਾ ਕਿ ਵੀਜ਼ਾ ਨਿਕਲ ਜਾਣਾ, ਪਰ ਪਿੱਛੇ ਜੇ 6 ਇੰਚ 'ਤੇ 20 ਰਿਫਿਊਜ਼ਲ ਸੀਗੀਆਂ। ਇਸ ਟਾਈਮ ਕੈਨੇਡਾ ਨੇ ਕਾਫੀ ਹੱਥ ਖੋਲਿਆ ਵੀਜ਼ਾਸ ਦੇਣ 'ਚ, ਅੱਛੇ ਮਤਲਬ ਰਿਜ਼ਲਟਸ ਕਹਿ ਲਓ ਕਿ 98% ਜਿਹੜੇ ਪੋਜ਼ਿਟਿਵ ਰਿਜ਼ਲਟ ਆ ਰਹੇ ਨੇ ਕੈਨੇਡਾ ਦੇ। ਔਰ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਕਿ ਰਿਜ਼ਲਟਸ ਦੇ ਵਿੱਚ ਕੋਈ ਸੁਧਾਰ ਹੋਇਆ ਕਿ ਜਲਦੀਆਂ ਨੇ ਸਟਾਰਟ ਹੋਏ ਆ, ਜਿਹੜਾ ਅੱਗੇ ਸਾਡਾ 3 ਮਹੀਨੇ ਤੋਂ 4 ਮਹੀਨੇ ਲੱਗ ਰਹੇ ਸੀਗੇ, ਹੁਣ ਸਾਨੂੰ ਕੁਛ ਬੱਚਿਆਂ ਦੇ ਜਿਹੜੇ ਰਿਜ਼ਲਟਸ ਹੈ 2 ਮਹੀਨੇ ਦੇ ਵਿੱਚ ਵੀ ਮਿਲੇ ਆ, ਯਾਨੀ ਕਿ 8 ਵੀਕ ਦੇ ਵਿੱਚ ਵੀ ਸਾਡੇ ਰਿਜ਼ਲਟਸ ਜਿਹੜੇ ਉਹ ਡਿਕਲੇਅਰ ਹੋਏ ਆ। ਅਤੇ ਜੇ ਅੱਜ ਮੈਂ ਗੱਲ ਕਰਾਂ ਪ੍ਰੈਜੈਂਟ ਸਨੈਰੀਓ ਦੀ, ਕਿਹੜੇ ਕੰਟਰੀ ਦਾ ਬਹੁਤ ਵਧੀਆ ਪ੍ਰੈਜੈਂਟ ਸਨੈਰੀਓ ਆ, ਤਾਂ ਮੈਂ ਅੱਜ ਗੱਲ ਕਰਾਂਗੀ ਕੈਨੇਡਾ ਦਾ ਸਭ ਤੋਂ ਅੱਛਾ ਸਕਸੈਸ ਰੇਟ ਹੈ। ਔਰ ਪ੍ਰੈਜੈਂਟ ਸਨੈਰੀਓ ਜਿਹੜਾ ਹੈ ਕਿ ਕੈਨੇਡਾ ਦੇ ਵਿੱਚ ਜੇ ਬੱਚਾ ਫਾਈਲ ਪੁੱਟ ਆਨ ਕਰਦਾ ਹੈ, ਕਿਤੇ ਨਾ ਕਿਤੇ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ, ਬੱਚਾ ਬਿਲੇ ਲੱਗ ਜਾਂਦਾ ਹੈ ਕਿਸੇ ਨਾ ਕਿਸੇ ਪਾਸੇ, ਉਹਦਾ ਜਿਹੜਾ ਹੈ ਉਹ ਕਲੀਅਰ ਹੋ ਰਿਹਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ COE ਕਾਫੀ ਡਿਲੇ ਹੋ ਰਹੀਆਂ ਨੇ, ਅਤੇ ਉਹ ਬੱਚੇ ਜਿਹੜੇ ਅਸੀਂ ਆਸਟ੍ਰੇਲੀਆ ਦੇ ਵਿੱਚ ਗਾਈਡ ਕਰ ਰਹੇ ਸੀਗੇ, 6 ਇੰਚ ਵਾਲੇ ਬੱਚੇ ਬਿਆਨ ਦਾ ਵੀ ਝੁਕਾਵ ਸੀਗਾ ਕਿ ਅਸੀਂ ਆਸਟ੍ਰੇਲੀਆ ਅਪਲਾਈ ਕਰੀਏ, ਆਸਟ੍ਰੇਲੀਆ ਜਾਈਏ, ਅਤੇ ਅੱਜ ਬੱਚੇ ਫਿਰ ਕੈਨੇਡਾ ਵੱਲ ਆਪਣਾ ਝੁਕਾਵ ਜਿਹੜਾ ਮੋੜਦੇ ਹੋਏ ਸਾਨੂੰ ਦਿਖ ਰਹੇ ਨੇ। ਕੈਨੇਡਾ ਕੁਝ ਬੱਚੇ ਇਨਟੇਕਸ ਨੂੰ ਲੈ ਕੇ ਡਾਊਟਫੁਲ ਨੇ ਜੀ, ਹੁਣ ਜਨਵਰੀ 2023 ਦੀਆਂ ਗੱਲਾਂ ਹੋ ਰਹੀਆਂ ਨੇ, ਤੇ ਕੀ ਉਹੀ ਆਪਸ਼ਨ ਹੈ ਜਾਂ ਹੋਰ ਨੇੜੇ ਦੇ ਵੀ ਇਨਟੇਕਸ ਕੁਝ ਹੈਗੇ ਆ? ਅਮਨ ਜੀ, ਸਾਡੇ ਹੁਣ ਐਕਸਕਲੂਸਿਵ ਜਿਹੜੇ ਸਾਡੇ ਨਿਊ ਟਾਈ ਅਪ ਨੇ, ਜਿਹੜੇ ਸਾਡੇ ਕੋਲ ਕਾਲਜਿਸ ਆਏ ਨੇ, ਉਹਨਾਂ ਦੇ ਵਿੱਚ ਸਾਡੇ ਕੋਲ ਜੁਲਾਈ ਇਨਟੇਕ ਵੀ ਅਵੇਲੇਬਲ ਆ, ਸਤੰਬਰ ਵੀ ਅਵੇਲੇਬਲ ਆ, ਨਵੰਬਰ ਵੀ ਅਵੇਲੇਬਲ ਆ। ਵਰਕ ਪਰਮਿਟ ਵਾਲੇ ਕਾਲਜ ਨੇ? ਬਿਲਕੁਲ, ਵਰਕ ਪਰਮਿਟ ਵਾਲੇ ਕਾਲਜਿਸ ਨੇ, ਬੱਚੇ ਇਹਨਾਂ ਦੇ ਵਿੱਚ ਐਡਮਿਸ਼ਨ ਲੈ ਸਕਦੇ ਨੇ। ਇਹਦੇ ਵਿੱਚ ਬਹੁਤ ਅੱਛੇ ਬੱਚਿਆਂ ਦੇ ਲਈ ਪ੍ਰੋਗਰਾਮ ਵੀ ਨੇ, ਜਿਹੜੇ ਕਿ ਬੱਚੇ 1.5 ਵਾਲਿਆਂ ਦੀ ਮੈਂ ਗੱਲ ਕਰਾਂ ਤਾਂ ਯੂਨੀਵਰਸਿਟੀ ਵੀ ਸਾਡੇ ਕੋਲ ਅਵੇਲੇਬਲ ਨੇ, ਜਿਹੜੀਆਂ ਬੱਚਿਆਂ ਨੂੰ ਅੱਜ ਐਡਮਿਸ਼ਨ ਦੇਣ ਲਈ ਰੈਡੀ ਨੇ। ਸੋ ਇੱਕ ਚੰਗੀ ਖਬਰ ਹੈ ਬੱਚਿਆਂ